ਕਿਹੜੀ ਫਿਲਮ ਬਣਾਉਣ ਲੱਗੇ ਆ? ਹੋਸ਼ ਕਰ ਯਾਰ, ਤੇਰੀ ਫੁੱਫੀ ਏ ਬੇਵਕੂਫ, ਇੱਕੋ ਸੱਚ ਦੱਸੋ ਕਿੱਥੇ। ਮੈਂ ਕਹਿੰਦੀ ਹਾਂ ਕਿ ਤੇਰਾ ਲੇਲਾ ਹੋਵੇ, ਏਡਾ ਜਜ਼ਬਾਤੀ ਹੋਣ ਦੀ ਕਿਹੜੀ ਲੋੜ ਸੀ? ਮੈਂ ਤੇ ਹਲਕਾ ਜਿਹਾ ਨਹੀਂ ਕੀਤਾ ਸੀ। ਮੈਂ ਤੇ ਤੁਸੀਂ ਮੈਂ ਤੂਤਾ ਵੀ ਲਾ ਓਏ, ਨਵੀਂ ਆਪ ਕਿਹੜੀ ਲਾ? ਇੱਕੋ ਸੱਚ ਦੱਸੋ, ਦੂਸਰਾ ਤੈਨੂੰ ਆਉਣਾ ਨਹੀਂ? ਪਹਿਲੇ ਪਿਛਲੇ ਪੈਸੇ ਦੇ। ਇੱਕੋ ਸੱਚ ਦੱਸੋ ਕਿ ਸਾਡੀ ਜ਼ਮਾਨਤ ਕਿੰਨੇ ਕਰਾਈ ਏ? ਓ ਮੈਂ ਕਰਾਈ ਆ ਜੂਜ ਬਜੂਜ। ਕਿਉਂ ਕਰਾਈ ਸਾਡੀ ਜ਼ਮਾਨਤ? ਕੀ ਹੋਇਆ ਕਾਕਾ? ਚੰਗੇ ਭਲੇ ਅਸੀਂ ਜੇਲ੍ਹ ਚ ਸੈੱਟ ਤੇ ਗਏ ਸੀ। ਲੈ, ਉਹਨੇ ਜੇਲ੍ਹ ਨੂੰ ਇੰਗਲੈਂਡ ਸਮਝਿਆ। ਉਹ ਕਮ ਅਸ ਕਮ ਉੱਥੇ ਬੱਤੀ ਤੇ ਨਾ ਜਾਂਦੀ ਸੀ, ਨਾ ਬੱਤੀ ਜਾਂਦੀ ਸੀ, ਨਾ ਪੈਟਰੋਲ ਮਹਿੰਗਾ ਹੁੰਦਾ ਸੀ। ਉੱਥੇ ਪੰਪ ਲੱਗਾ ਅੰਦਰ? ਪੰਪ ਲੱਗਾ ਅੰਦਰ? ਇਹ ਬਦਮਾਸ਼ ਏ, ਹੈਲੋ, ਦੇਖੋ ਮੁਝੇ ਕੁਛ ਮਤ ਕਹਿਣਾ। ਇਹਨੂੰ ਇਹ ਨਹੀਂ ਪਤਾ 7 ਸਾਲ ਕੈਦੇ ਬਾ ਮੁਸ਼ਕਤ ਕੱਟ ਕੇ ਆਏ ਆ ਅਸੀਂ, ਤੇ ਸਾਨੂੰ ਇਸ ਟਾਈਮ ਐ ਬਿਲਕੁਲ ਰੈਡੀ ਲੱਗ ਰਹੀ ਏ। ਇਹ ਕੈਸੀ ਗੱਲ ਏ ਵੀ ਇਹ ਰੈਡੀ ਲੱਗ ਰਹੀ ਏ? ਐ ਟੈਡੀ ਲੱਗ ਰਹੀ ਏ। ਓਏ ਸਹੀ ਦੱਸ ਓਏ, ਓ ਟੈਡੀ, ਇਹ ਰੈਡੀ ਤੇਰੀ ਅੰਮੀ ਤਾਂ ਨਹੀਂ? ਸ਼ਟ ਅਪ ਯੂ, 2 ਸਫਿਆਂ ਵਾਲੀ ਕਾਪੀ। ਇਹ ਤਾਂ ਮੈਨੂੰ ਪਿੱਛੋਂ ਵੀ ਜਾਣਦੀ। ਆਪਣਾ ਦੇਖੋ ਦੇਖੋ, ਮੁਝੇ ਕੁਛ ਮਤ ਕਹਿਣਾ। ਓਏ ਕੁਛ ਕਹਿਣ ਦੇ ਨੇ, ਇਹਨੂੰ ਬਚਾ ਲੈ, ਕਿਤੇ ਇਹ ਵੀ ਤਾਂ ਨਹੀਂ 7 ਸਾਲ ਬਾਅਦ ਰਿਹਾ ਹੋ ਗਿਆ ਹੀ। ਤੁਸੀਂ ਇੱਧਰ ਆ ਜਾਓ, ਕੁਛ ਨਹੀਂ ਕਹਿੰਦੇ ਤੁਹਾਨੂੰ, ਰੌਲਾ ਕਰਦਾ ਕਰਦਾ ਰਹੋ। ਓ ਬਿਸਮਿਲਲਾ ਚਾਚਾ ਜੀ ਜੀ, ਤੁਹਾਨੂੰ ਕਿੰਨੇ ਕਿ ਅਸੀਂ ਐਡਾ ਖੁੱਲਾ ਚੀਰ ਕੱਢੋ। ਓਏ ਕੌਣ ਹੈ? ਖੋਤੀ ਦਾ ਬੱਚਾ। ਓਏ ਇਹ ਮੇਰਾ ਮਾਲਕ ਹੈ ਜੀ, ਮੇਰਾ ਮੈਂ ਤੁਹਾਨੂੰ ਸੱਦਿਆ ਨਾ, ਤਾਰਫ ਕਰਾਉਣ ਨੂੰ ਲੱਗ ਗਿਆ ਪਤਾ। ਉਹ ਮਾਫ ਕਰਨਾ ਚਾਚਾ ਜੀ, ਮੈਂ ਪਛਾਤਾ ਨਹੀਂ ਸੀ, ਇਹ ਮੇਰਾ ਸਾਥੀ ਹੈ ਜੀ। ਕੌਣ? ਆ ਜੀ ਹੈ। ਹਾਂ ਇਹ ਤਾਂ ਸਾਥੀ ਹੈ ਹੀ। ਦੇਖੋ ਬਦਮਾਸ਼ ਜੀ। ਹਾਂ ਜੀ। ਆ ਬਦਮਾਸ਼ ਹੈ। ਹਾਂ ਜੀ। ਮੁਝੇ ਆਪਣੀ ਬਦਮਾਸ਼ੀ ਦਿਖਾਓ ਨਾ। ਤੈਨੂੰ ਸਮਝਾ ਲੈ, ਮੈਂ ਕਹਿੰਦਾ ਕਿ ਬੱਤੀ ਵੀ ਨਹੀਂ ਅੱਜ ਜਾਣ ਦਈ। ਦਲੀਲ ਦਿਆ ਬੱਚਿਆ, ਕਾਰ ਤੂੰ ਨੰਦ ਨਾ ਕਰ, ਮੈਂ ਵਾਪਸ ਚੱਲੇ ਯਾਰ, ਮੇਰਾ ਪੈਰ ਬੰਨ ਸਕੇ ਯਾਰ। ਮੈਂ ਤੁਹਾਡੇ ਮੂੰਹ ਤੋਂ ਮਾਫ਼ ਕਰ ਲਾ, ਪੁੱਛੋ ਕਿਉਂ? ਤੁਹਾਡਾ ਖੁੱਲਾ ਚੀਰ ਮੈਨੂੰ ਪਸੰਦ ਹੈ। ਉਹ ਪਹਿਲੇ ਇੱਧਰ ਨਹੀਂ ਲੱਤ ਸੀ, ਇੱਧਰ ਲੈ ਸੀ। ਹਾਂ ਇਹ ਹੀ ਕਰ ਲੈਂਦੇ ਹਾਂ ਦੁਬਾਰਾ। ਦੋ ਬੰਦੇ ਚਾਰ ਇਨਸਾਨ ਦਾ ਪੁੱਤਰ ਬਣ ਛੱਡਦੇ ਹੋ ਯਾਰ, ਸਾਰੀਆਂ ਗੱਲਾਂ 'ਚ ਕੀ ਪਿਆ? ਦੋ ਚੂਤਾਂ ਕਰ ਲਈਏ, ਕਰ ਲਾ ਜਿਹੜਾ ਮੈਂ ਘੰਟੇ ਤੋਂ ਬੰਨੇ ਆ। ਮੋਟਰਸਾਈਕਲ ਤੇ ਜਾ ਰਹੇ ਨੂੰ ਪੁਲਿਸ ਵਾਲੇ ਰੋਕਣਾ, ਕਹਿੰਦਾ ਤੇਰਾ ਪਿਓ ਕੀ ਕੰਮ ਕਰਦਾ ਹੈ? ਕਹਿੰਦਾ ਪਤਾ ਨਹੀਂ ਜੀ, ਮੈਂ ਤਾਂ ਛੇਤੀ ਸੌਂ ਜਾਂਦਾ। ਇਹ ਵੀ ਮੋਟਰਸਾਈਕਲ ਤੇ ਜਾ ਰਿਹਾ, ਸਰਜੰਟ ਕਹਿੰਦਾ ਤੈਨੂੰ ਹੱਥ ਤੇ ਤਾਂ ਰੁਕਿਆ ਨਹੀਂ, ਕਹਿੰਦਾ ਪਿੱਛੇ ਇੱਕ ਬੰਦੇ ਨੇ ਬਾਂਹ ਦਿੱਤੀ, ਮੈਂ ਤਦ ਨਹੀਂ ਰੁਕਿਆ। ਇਹਦੀ ਬੀਵੀ ਦੌੜ ਗਈ, ਇਹ ਫਿਰ ਆਪਣੀ ਲੈ ਆ। ਉਹ ਮੇਰਾ ਯਾਰ ਬੇਇੱਜ਼ਤ ਹੋਇਆ, ਅੱਗੇ ਬੜਾ ਨੈਪ ਨਾਜ਼ਮ ਲੱਗੇ ਹੋਏ ਆ ਅਸੀਂ। ਮੇਰੀ ਗੱਲ ਫਿਰ ਵੀ ਉੱਥੇ ਹੀ ਹੈ, ਤੇਰੀ ਭੈਣ ਵੀ ਸੁਣਿਆ ਜੀ ਉੱਥੇ ਹੀ ਆ। ਹਾਂ ਗੱਲ ਆ ਠੀਕ ਹੈ। ਡਾਕੂ ਇਹਦੀ ਭੈਣ ਨੂੰ ਚੁੱਕ ਲਾ ਕੇ 3 ਦਿਨ ਬਾਅਦ ਭੈਣ ਵਾਪਸ ਆਈ, ਮੈਂ ਕਿਹਾ ਸਨਾਜ ਇੱਜ਼ਤ ਬਚ ਗਈ? ਕਹਿੰਦਾ ਹਾਂ। ਮੈਂ ਕਿਹਾ ਉਹ ਕਿਵੇਂ? ਕਹਿੰਦਾ ਡਾਕੂ ਪਠਾਨ ਸਨ। ਇਹਨੂੰ ਕਿਵੇਂ ਪਤਾ ਹੋਇਆ? ਇਹ ਮੇਰੇ ਤੋਂ ਪਹਿਲੇ ਉੱਥੇ ਆਪਣੀ ਲੈਣ ਗਿਆ ਸੀ, ਇਹਨੇ ਦੱਸਿਆ। ਇਹਨੂੰ ਜੁਗਤ ਨਹੀਂ ਕਰਨੀ, ਹੋਰ ਇਹਨੂੰ ਖੁਰਕ ਕਰਨੀ। ਓਏ ਬੇਵਕੂਫਾ, ਇਹ ਆਪਣਾ ਬਚਪਨ ਦਾ ਯਾਰ ਹੈ। ਬੱਚੋ ਹਾਂ, ਬਾਥਰੂਮ ਵਿੱਚ ਬੈਠਾ ਤੇ ਘੰਟੇ ਬਾਅਦ ਯਾਦ ਆਇਆ ਪਜਾਮਾ ਤੇ ਲਾਇਆ ਹੀ ਨਹੀਂ। ਦਾ ਮੇਰਾ ਵਕੀਲ ਆ ਜਾ ਕੇ ਸਚਾਉਣਾ ਹੈ। ਮਹੱਲੇ 'ਚ ਨਵਾਂ ਕਾਟਨ ਦਾ ਸੂਟ ਪਾ ਕੇ ਤੇ ਇਹਦਾ ਭਰਾ ਫੇਰੇ ਕਲਫ ਲੱਗਾ ਨਵਾਂ ਸੂਟ। ਮੈਂ ਕਿਹਾ ਖੈਰ ਇਹ ਨਵੇਂ ਸੂਟ ਪਾਏ? ਕਹਿੰਦਾ ਬਾਜੀ ਨਾਲ ਜ਼ਿਆਦਤੀ ਹੋਈ ਸੀ ਨਾ, ਅੱਜ ਜੀਓ ਵਾਲੇ ਆ ਰਹੇ ਨੇ।
ਪਾਏ ਤੇ ਆਪ ਹੀ ਸਾਰਾ ਡਾਟ ਓਏ ਇੱਕ ਮਿੰਟ ਚਾਚਾ ਜੀ ਓਏ ਇੱਕ ਮਿੰਟ ਕੀ ਹੈ ਕੀ ਇੱਕ ਮਿੰਟ ਤੇਰਾ ਸਾਡਾ ਮਜ਼ਾਕ ਹੈ ਉਹ ਕਰਨ ਦੇ ਮਜ਼ਾਕ ਮੈਂ ਮਜ਼ਾਕ ਕਰ ਮੇਰਾ ਮਾਲਕ ਮੈਂ ਉਹਦੇ ਮੇਰਾ ਮਜ਼ਾਕ ਮੈਂ ਸਟਾਰਟ ਤੋਂ ਲਗਾ ਤੂੰ ਮੇਰੇ ਨੌਕਰ ਨੂੰ ਜੁਗਤਾਂ ਕਰਦੇ ਹੋ ਤੇ ਤੂੰ ਸਾਡਾ ਜਵਾਬ ਦੇਗਾ ਜਵਾਬ ਦੇਗਾ ਚਲੋ ਕਰੋ ਆਪ ਸਾਰਾ ਡਾਕਟਰ ਖੁੱਲ ਗਿਆ ਕਿਉਂ ਕਿਹੜੀ ਬਿਮਾਰੀ ਪੈ ਗਈ ਤੈਨੂੰ ਚੁੰਜ ਮੂਹੇ ਓਏ ਉਹ ਤਮੀਜ਼ ਨਾ ਰਹੀਓ ਸ਼ਰਾਰਤ ਵਾਲੀ ਉਂਗਲ ਸਾਡੀ ਵੀ ਸੁਣੋ ਕਰ ਚੋਰੀ ਕਰ ਮੈਂ ਤੇਰੇ ਯਾਰ ਨੂੰ ਤੁਸੀਂ ਮੇਰੇ ਮੁਲਾਜ਼ਮ ਨੂੰ ਚੁਗਤਾਂ ਕਰੋਗੇ ਮੈਂ ਅੱਗੇ ਚੋਰੀ ਥੋੜੀਆਂ ਕੀਤੀਆਂ ਜਦੋਂ ਆਇਆ ਹਾਂ ਮੈਂ ਉਹ ਤੇਰੀ ਹਮਾਇਤ ਕਰਨ ਤੇ ਲਾਣਾ ਤਾਂ ਬਈ ਕਰੋ 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 ਸਹੀ ਉਹ ਸਹੀ ਕਰਾਂਗੇ ਸਾਲਿਆ ਤੂੰ ਮਿਸਰ ਤੋਂ ਲਿਆ ਕੇ ਕਰਾਂਗੇ ਹਾਂ ਬਣ ਯਾਰ ਮਾਸ਼ਾਅੱਲਾ ਇਹਦੇ ਫੁੱਲਾਂ ਦੀ ਚੱਲ ਯਾਰ ਚੱਲ ਕਰ ਯਾਰ ਕਰ ਲੋ ਕਰ ਲੈ ਯਾਰ ਫਿਰ ਉਹਨੇ ਜਾਣਾ ਇੱਕ ਅੱਧੀ ਇੱਕ ਅੱਧੀ ਇੱਕ ਅੱਧੀ ਬਸ ਕਰ ਜਿਆਦਾ ਨਾ ਕਰਨਾ ਜਿਆਦਾ ਨਹੀਂ ਜਾ ਬਸ ਇੱਕ ਅੱਧੀ ਜਿਹੜੀ ਇੱਕ ਅੱਧੀ ਤੇ ਫਿਰ ਉਹਦੀ ਹੋ ਗਈ ਜੀ ਹੋ ਗਈ ਜੀ ਮੇਰੀ ਹੋ ਗਈ ਚਲੋ ਸੁਣ ਅੱਛਾ ਜੀ ਹੋ ਗਈ ਮੇਰੀ ਯਾਰ ਨਹੀਂ ਗਰੀਬ ਹੋ ਗਈ ਮੇਰੀ ਕਰੋ ਜੀ ਕਰੋ ਹੋ ਗਈ ਇਹਦੇ ਆਪ ਸਾਲਾ ਡਾਕਟਰ ਕੋ ਗਿਆ ਡਾਕਟਰ ਜਾ ਕੇ ਦਾ ਅੱਛਾ ਯਾਰ ਕੀ ਹੋ ਓਏ ਹਲੇ ਗੱਲ ਪੂਰੀ ਤੇ ਹੁੰਦੇ ਅੱਛਾ ਜੀ ਕਰੋ ਜੀ ਕਰੋ ਯਾਰ ਨਾ ਹੋ ਗਈ ਹੋ ਗਈ ਅਰੇ ਯਾਰ ਮਿਹਰਬਾਨੀ ਹੋ ਗਈ ਇਹਦੇ ਹੱਥ ਧੋਰਾ ਮੈਂ ਰੱਜ ਗਿਆ ਕਿਤੇ ਬੱਚੇ ਤੋਂ ਆਪੀ ਅਰੇ ਮਾਰ ਮਾਂ ਵੀ ਯਾਰ ਇਨਸਾਨ ਦਾ ਪੁੱਤਰ ਬਣ ਗਿਆ ਯਾਰ ਇਹਦੇ ਬੱਚੇ ਤਰਾ ਕਰ ਦਿੱਤਾ ਚਾਚੇ ਨਾਲ ਬਦਤਮੀਜ਼ੀ ਨਾ ਕਰੇ ਕਾਹਦੀ ਬਦਤਮੀਜ਼ੀ ਚੱਲ ਬਾਹਰ ਨਿਕਲ ਸਾਰੇ ਫੁੱਲ ਮਾ ਹੂਈ ਹੂਈ ਉਲਾਲਾ 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 ਚਾਚਾ ਜੀ ਤੁਹਾਡੀ ਸਲਵਾਰ ਥੱਲੋਂ ਅਸੀਂ ਤੁਹਾਡੇ ਬੱਚੇ ਵਰਗੇ ਆ ਸਾਨੂੰ ਨਾ ਨਾ ਉਲਾਲਾ ਉਲਾਲਾ ਚਲੋ ਉੱਠ ਚਾਰੀ ਇੱਕ ਮਿੰਟ ਯਾਰ ਓਏ ਓਏ ਆਪ ਸਾਲਾ ਡਾਕਟਰ ਕੋ ਗਿਆ ਹੁਣ ਜਾ ਕੇ ਤਾਂ ਡਾਕਟਰ ਸਾਹਿਬ ਦਾੜ ਕੱਢ ਲੋਗੇ ਉਹ ਕਹਿੰਦਾ ਮੈਂ ਪਹਿਲਾਂ ਹੀ ਭਾਵੇਂ ਭੈਣ ਕਢਾ ਲਾ ਆ ਜੀਏ ਚੋਰੀ ਵੇਖਿਆ ਨਾ ਉਹ ਪੈ ਗਿਆ ਚੋਰੀ ਮੇਰਾ ਯਾਰਾ ਪੈ ਗਿਆ ਕੁੱਤਾ ਉਹ ਪੈ ਗਿਆ ਚੱਲ ਫਿਰ ਕੁੱਤਾ ਹੀ ਸੁਹਾਗਰਾ ਤੇ ਤੇਰਾ ਆਪਣੀ ਬੀਵੀ ਕਹਿੰਦਾ ਜੰਗ ਤੁਹਾਨੂੰ ਸੁਹਾਗਰਾ ਦੇ ਬਾਰੇ ਕੁਝ ਪਤਾ ਉਹ ਕਹਿੰਦੀ ਨਹੀਂ ਕਹਿੰਦਾ ਕਦੀ ਗੰਦੀ ਫਿਲਮ ਨਹੀਂ ਵੇਖੀ ਉਹ ਕਹਿੰਦੀ ਵੇਖੀ ਇਹ ਕਹਿੰਦਾ ਬਾ ਉਹ ਹੀ ਹੋਣਾ ਸੀ ਤੇਰੇ ਨਾਲ ਉਹ ਕਹਿੰਦੀ ਉਹ ਤਾਂ ਤੁਹਾਡੀ ਗੱਲ ਠੀਕ ਹੈ ਤੇ ਬਾਕੀ ਤੇ ਦੋ ਬੰਦੇ ਕਿੱਥੋਂ ਲਿਆਓਗੇ ਚੋਰੀ ਅਸੀਂ ਤੇਰਾ ਨਮਕ ਖਾਧਾ ਇੱਕ ਘਰ ਚ ਹੈਗਾ ਇੱਕ ਲੈ ਆ ਮੈਨੂੰ ਲੱਭਣ ਅੱਜ ਬਿਸਤ ਹੋਇਆ ਮੈਂ ਚਾਚਾ ਜੀ ਤੁਹਾਡੇ ਵਾਲ ਪੂਰੇ ਆ ਸਕਦੇ ਨੇ ਉਹ ਕਿਸ ਤਰ੍ਹਾਂ ਬੇਟਾ ਤੁਹਾਡੇ ਲਈ ਮੈਂ ਕੈਪਸੂਲ ਲੈ ਕੇ ਆਇਆ ਕਿਹੜਾ ਮੇਰੇ ਬੱਚੇ ਨਾ ਤੂੰ ਦੁੱਧ ਨਾਲ ਲੈਣਾ ਨਾ ਪਾਣੀ ਨਾਲ ਤੇ ਲੈਣਾ ਕਾਹਦੇ ਨਾਲ ਹੌਸਲੇ ਨਾਲ ਲੈਣਾ ਇੱਕ ਚੋਰੀ ਕੁੱਤਰਾ ਉਹ ਵੀ ਮਿੰਟ ਬਾਅਦ ਕੱਢ ਦਿੰਦੇ ਹੋ ਸਰ ਜੀ ਆਪਣਾ ਜੀ ਹਾਂ ਹਾਂ ਲਾਲਾ ਜੀਵਨ ਮੇ ਜਾਣੇ ਜਾਣਾ ਇੱਕ ਬਾਤ ਹੋਤਾ ਪਿਆਰ ਉਹ ਵੀ ਤੇ ਕਹੋ ਯਾ 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 ਗਾਣਾ ਪੂਰਾ ਕਰ ਨਹੀਂ ਬਾਕੀ ਆਪ ਕਰ ਲੈ ਹਾਂ ਜਾ ਇੱਕ ਮਿੰਟ ਓਏ ਖਾਲਾ ਹੋਣੀਆਂ ਆਖਿਰਕਾਰ ਸਟ੍ਰਾਬੇਰੀ ਕੇ ਬਾਗ ਮੇ ਇੱਕ ਸਟ੍ਰਾਬੇਰੀ ਮੈਨੇ ਪਸੰਦ ਕਰੀ ਹੀ ਲੀ ਦੇਖਾ ਜੋ ਚਿਹਰਾ ਤੇਰਾ ਮੌਸਮ ਵੀ ਪਿਆਰਾ ਤੇਰਾ ਕੱਖ ਕੰਡਾ ਨਾ ਰਵੇ ਸੰਡੇ ਆ ਜੇ ਹਲਕਾ ਜਿਹਾ ਵਜ਼ਨ ਪਾਈਦਾ ਤੂੰ ਪੂਰਾ ਮਲਬਾ ਹੀ ਮੇਰੇ ਤੇ ਸੁੱਟਦਾ ਓਏ ਚਾਚਾ ਆਪਣੀ ਧੀ ਨੂੰ ਸਮਝਾਉਂਦਾ ਕਿਉਂ ਨਹੀਂ ਹੁਣ ਉਹ ਕਹਿੰਦੀ ਮੇਰੀ ਧੀਆ ਹਾਰਿਆ ਬੀਵੀ ਮੇਰੀ ਅੱਛਾ ਤੂੰ ਸਾਨੂੰ ਸੋਚਾ ਮਾਜਦਾ ਯਾ ਇਹਦਾ ਜਵਾਨ ਹੋ ਕੇ ਜਹਿਲ ਦੇ ਬੱਚੇ ਜਨਾਨੀ ਕੋਲ ਉੱਠਿਆ ਹੈਗੇ ਸ਼ਰਮ ਸ਼ਰਮ ਨਾ ਪ੍ਰਹਲਾਦ ਦੇ ਆਉਂਦਾ ਬੰਦੇ ਢਾਉਣ ਲਈ ਮੈਂ ਸਮਝ ਗਿਆ ਕਿਹੜਾ ਚਾਹੀਦਾ ਚਾਹ ਇਧਰ ਲਾ ਖਾਲਾ ਜਿਹੜਾ ਸ਼ੌਕ ਦਾ ਕਹਿੰਦਾ ਦੇ ਦੇ ਲਾ 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 ਨਾ ਕਰੀ ਓਹ
ਹੋਸ਼ ਕਰ ਮਾਈ ਤੇਰੇ ਚ ਮਰਦਾਨਾ ਤਾਕਤ ਦਰਵਾਜ਼ਾ ਖੋਲ ਕੇ ਅੰਦਰ ਗਿਆ, ਅੰਦਰ ਉਹਨਾਂ ਫਰਨੈਲ ਦੀ ਗੋਲੀਆਂ ਰੱਖੀਆਂ, ਗੋਲੀ ਚੁੱਕ ਕੇ ਮੂੰਹ ਚ ਪਾ ਕਹਿੰਦਾ ਤੁਹਾਡੀ ਭੈਣ ਨੂੰ ਹੁਣ ਤਾਂ ਮਖਾਣੇ ਫਿੱਕੇ ਆਉਣ ਲੱਗ ਗਏ ਨਾ। ਅੱਛਾ ਖੁਦਾ ਦੀ ਕਸਮ ਲਓ ਜੀ, ਮੈਂ ਸਮਝਿਆ ਮੈਨੂੰ ਕਹਿ ਰਿਹਾ। ਉਹ ਚਵਲਾ ਤੈਨੂੰ ਹੀ ਕਹਿ ਰਿਹਾ, ਅੱਲਾ ਦੀ ਕਸਮ ਉਹ ਮੈਂ ਸਮਝਾ ਮੈਂ। ਓਏ ਇੱਕ ਮਿੰਟ, ਇਹ ਗੱਲ ਨੂੰ ਇੱਥੇ ਖਤਮ ਕਰੋ, ਇਹ ਇਹ ਵੱਧ ਹੀ ਜਾਣੀ। ਅੱਜ ਤਾਂ ਮੈਨੂੰ ਕਰਨ ਦੇ ਗਈਆਂ ਹੀ ਉਹ, ਸਾਡੇ ਨਾਲ ਫੈਸਲਾ ਕਰੋ ਨਹੀਂ ਤੇ ਅਸੀਂ ਜੇਲ੍ਹ ਵਾਪਸ ਚੱਲੇ ਹਾਂ। ਕਾਕਾ ਗੱਲ ਇਹ ਹੈ, ਅਸਲ ਮੌਕਫ ਤੇ ਆਈਏ, ਕਿਹੜੇ ਕਿਹੜੇ ਕੇਸ 'ਚ ਤੁਸੀਂ ਗਏ ਹੋ? ਅਸੀਂ ਕਿਹੜੇ ਕਿਹੜੇ ਕੇਸ 'ਚ ਫੜੇ ਗਏ? ਅਸੀਂ ਦੋਵੇਂ ਭਰਾ ਮੈਕਡੋਨਲਡ 'ਚ ਲੱਗੇ ਸੀ ਤੇ ਵੇਖ ਲਿਆ ਉਹਨਾਂ ਨੇ, ਇਹ ਬੰਦ ਦੇ ਉੱਤੇ ਬੰਦ ਰੱਖ ਕੇ ਦੇ ਰਿਹਾ ਸੀ, ਉਹਨਾਂ ਕਹਿੰਦੇ ਵਿੱਚ ਪੀਸ ਤੇਰੇ ਪਿਓ ਨੇ ਰੱਖਣਾ। ਚੰਬੇਲੀ ਬਦਮਾਸ਼ ਨੇ ਕਿਹਾ ਵੀ ਮੈਂ ਤੇਰੀਆਂ ਕੁੜੀਆਂ ਲੈ ਜਾਣੀਆਂ ਚੱਕ ਕੇ, ਮੇਰੀਆਂ ਦੋ ਧੀਆਂ ਲਾਰੀਏ ਦੇ ਹੁੰਦੇ ਆ, ਕਿਸੇ ਦੀ ਪਿੱਛੇ ਪਿੱਛੇ ਗੱਲ ਨਾ ਵਧਾ। ਅੱਛਾ ਜੀ, ਦੂਸਰਾ ਹਫ਼ਤਾ ਸ਼ੁਰੂ ਹੋਣਾ ਜੀ ਇਨਸ਼ਾਅੱਲਾ, ਠੀਕ ਹੈ? ਤੇ ਉਹ ਮੈਂ ਚਾਹੁੰਦਾ ਵੀ ਪੈਸਾ ਜਿੰਨਾ ਮਰਜ਼ੀ ਲੱਗ ਜਾਏ, ਮੇਰੀ ਧੀਆਂ ਦੀ ਇੱਜ਼ਤ ਤੇ ਹਰਫ ਨਹੀਂ ਆਉਣਾ ਚਾਹੀਦਾ। ਬੋਲਣਾ ਚਾਚਾ ਜੀ? ਨਹੀਂ 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 ਚਾਚਾ ਜੀ, ਸਿੱਧੀ ਸਿੱਧੀ ਗੱਲ ਹੈ ਵੀ 40 ਲੱਖ ਰੁਪਈਆ ਲੱਗਣਾ ਜੀ। ਕੁੜੀਆਂ ਛੱਡ ਦਿਓ ਚਾਚਾ ਜੀ, ਉਹਦੇ ਮੂੰਹ ਨਿਕਲ ਗਿਆ, ਛੱਡ ਦਿਓ ਰੁਪਈਆ 20 ਲੱਖ ਤੁਸੀਂ ਸਾਡਾ ਸਭ ਤੋਂ ਘੱਟ ਪੈਸਿਆਂ ਦਾ ਕੰਮ ਹੋਇਆ ਯਾਰ ਦੀ ਖਾਤਰ, ਮੈਨੂੰ ਤਾਂ ਬੋਲ ਪੈਸੇ ਕਿੰਨੇ ਦਿਆਂ? 20 ਲੱਖ। ਕਾਕਾ ਦੋ ਮੇਰੀਆਂ ਧੀਆਂ 10-10 ਲੱਖ ਜੀ ਤਾਂ ਮੈਨੂੰ ਘਰ ਨਹੀਂ ਪੈਂਦੀਆਂ, ਤੈਨੂੰ ਬਹੁਤੀ ਚਲਦੀ ਆ ਚਾਚਾ ਜੀ, ਠੀਕ ਹੈ ਵੈਸੇ ਗੱਲ ਕੀਤੀ। 20 ਲੱਖ ਉਸ ਬਦਮਾਸ਼ ਨੂੰ ਅਸੀਂ ਆਪ ਨਿਬੜ ਲਾਂਗੇ। 20 ਲੱਖ ਰੁਪਈਆ, ਗੱਲ ਇਹ ਵੀ ਮਿਸਾਲ ਦੇ ਤੌਰ ਤੇ ਅਗਰ ਮੇਰੀਆਂ ਕੁੜੀਆਂ ਫੇਰ ਵੀ ਚੁੱਕੀਆਂ ਗਈਆਂ ਤਾਂ ਫੇਰ ਹਾਂ ਫਿਰ ਤੂੰ ਸਾਡੀਆਂ ਚੁੱਕ ਲਿਆ ਹੀ ਰੁਪਈਆ ਮੇਰੀ ਧੀਆਂ ਦੀ ਇੱਜ਼ਤ ਤੋਂ ਮੈਂ ਕੁਰਬਾਨ ਕਰ ਦਿਆਂ, 20 ਲੱਖ ਰੁਪਈਆ ਮੇਰੀ ਹਸੀਅਤ ਦੇ ਮੁਤਾਬਕ ਕੀ ਹੈ? ਠੀਕ ਹੈ, ਨਹੀਂ ਦੇਣੇ ਮੈਂ, ਜਾਓ ₹1,000 ਰੁਪਈਆ 20 ਲੱਖ ਦਾ ਐਡਵਾਂਸ, ਹੋਰ ਕੀ ਧੰਦੇ ਦੇ? 200 ਰੁਪਈਆ ਹੋਰ ਦੇ।
ਬੜਾ ਬੜੀ ਭਜਨਾ ਸੇ ਕੀਤੀ ਸੀ ਕਾਕਾ ਯਾਰ 1200 ਤੋਂ ਘੱਟ ਨਹੀਂ ਯਾਰ 1200 ਦੇ ਵਿੱਚ ਤੈ ਕਰਨ ਦੇ 2500 ਦੀਆਂ ਤੇ ਸੀ ਉਹਨਾਂ ਦੀਆਂ ਹੱਥ ਕੜੀਆਂ ਲੈ ਗੱਲ ਇਹ ਕਾਕਾ ਨਾ 1200 ਮੇਰਾ ਨਾ 1500 ਤੁਹਾਡਾ ਠੀਕ ਰੁਪਈਆ ਦੇਵਾਂਗਾ ਐਡਵਾਂਸ 1100 ਬਾ ਡਨ ਕਰੋ ਜੀ ਡਨ ਕਰੋ ਜਿੱਥੇ 1100 ਦੇ ਨਹੀਂ ਡਨ ਛੱਡ ਦੇ ਯਾਰ ਬਿਰਾ ਨੇ ਕਹਿ ਜਿੱਥੇ 1100 ਦੇਤਾ 19 ਲੱਖ ਦੀ 9000 ਮਰਚਲ ਬਾਕੀ ਵੀ ਦੇ ਗੱਲ ਨਹੀਂ ਤੁਸੀਂ ਜ਼ਿਹਨ ਚ ਰੱਖੋ ਕਿ ਮੈਂ ਤੁਹਾਨੂੰ ਇੱਕ ਹੈਂਡਸਮ ਅਮਾਉਂਟ ਪਹਿਲੇ ਦੇਤੀ ਇਹ ਅੱਧੇ ਰੱਖ ਲੋ ਦੋ ਗਨ ਮੈਨ ਮੰਗਾ ਦੇ ਸਾਨੂੰ ਤਰਾ ਨਹੀਂ ਇਹ ਘਰ ਪੈਸੇ ਛੱਡ ਆਈ ਦਫਾ ਹੋ ਇਥੋਂ ਓਏ ਹੁਣ ਸੌਦਾ ਹੋਇਆ ਆਪਣਾ ਇਹ ਕੌਣ ਇਹ ਭਾਬੀ ਹੈ ਤੇਰੀ ਤੇ ਮੇਰੀ ਬੇਗਮ ਆ ਓਏ ਤੇਰੀ ਬੀਵੀ ਹੈ ਹਾਂਜੀ ਮੇਰੀ ਬੀਵੀ ਹੈ ਉਹ ਤੇਰੀ ਬਣ जंग दे दौरान कैप्टन ने फोन किया हेलो क्या बना कहिंदा तेतियां दे दो आउट तू बंदे माकूल लिया लेकिन मैं भी तेरी इज्जत रखी है ਮੈਂ ਅੱਧੇ ਤੋਂ ਬਹੁਤੇ ਐਡਵਾਂਸ ਦੇਤੇ ਵਾਹ 20 ਲੱਖ ਚੋਂ 1100 ਅੱਧੇ ਦੇ ਹਾਂਜੀ ਬੜੀ ਇਹਨਾਂ ਤੇ ਨਜ਼ਰ ਰੱਖਣੀ ਵੀ ਕਿਤੇ ਨਿਕਲ ਨਾ ਜਾਣ ਪੈ ਹਾਲੇ ਇਹ ਤਾਲਾ ਲਾਇਆ 1500 ਤਾਂ ਬਾਹਰ ਤਾਲਾ ਲਾਇਆ ਵੈਰੀ ਗੁੱਡ ਆਛਾ ਕੀ ਤਾਂ ਓਏ ਇਹ ਵੀ ਤੁਹਾਡਾ ਘਰ ਹੈ ਲੈ ਹੋਰ ਗਲੀ ਕੱਢੀ ਅਸੀਂ ਕੋਠੀ ਹੈ ਸਾਡੀ ਓਏ ਅੰਦਰ ਤੇ ਬੜਾ ਫਰੂਟ ਪਿਆ ਫਰੂਟ ਮੰਡੀ ਦਾ ਕੰਮ ਕਰਦੇ ਹੋ ਉਹ ਨਹੀਂ ਉਹ ਜੁਮੇ ਦੇ ਜੁਮੇ ਬੱਚੀਆਂ ਦੇ ਦੋਸਤ ਆਉਂਦੇ ਨੇ ਉਹ ਲੈ ਆਉਂਦੇ ਨੇ ਉਹ ਦੋ ਤਿੰਨ ਮੁੰਡੇ ਚਾਚਾ ਨਾ ਕਰ ਯਾਰ ਕੀ ਕਰਨਾ ਕੀ ਹੋਇਆ ਕੀ ਹੋਇਆ ਮੈਨੂੰ ਲੱਗਦਾ ਅੰਦਰ ਜਾ ਕੇ ਕੇਲਾ ਸਿੱਧਾ ਹੋ ਗਿਆ ਯਾਰ ਨਾ ਕਰੀ ਬਾਥਰੂਮ ਮੈਨੂੰ ਨਾਲ ਜਾਣਾ ਪੈਣਾ ਜ਼ਿਆਦਾ ਪ੍ਰੈਸ਼ਰ ਤੂੰ ਨਹੀਂ ਤਾਂ ਥੁੱਕ ਲਾ ਸਗੋਂ ਪਤਲਾ ਹੋ ਜਾਣਾ ਚਾਚਾ ਜੀ ਜਦੋਂ ਜਦੋਂ ਤੈਨੂੰ ਪਤਾ ਵੀ ਕੇਲਾ ਤਕਲੀਫ ਦਿੰਦਾ ਚਿੱਤ ਕੇ ਕਿਉਂ ਨਹੀਂ ਖਾਂਦਾ ਚਾਚਾ ਜੀ ਤੁਹਾਡਾ ਬਾਥਰੂਮ ਕਿੱਥੇ ਹੈ ਨਾਲ ਹੀ ਖੱਬਿਆ ਇੱਧਰ ਹੀ ਹਾਂਜੀ ਇਸ਼ਾਰਾ ਟੱਪ ਕੇ ਚੱਲ ਚਾਚਾ ਜੀ ਥੋੜ੍ਹੀ ਜਿਹਾ ਪਿੱਛੇ ਹੋ ਜਾ ਕੀ ਹੋਇਆ ਇਹਦਾ ਪ੍ਰੈਸ਼ਰ ਬੜਾ